ਲੈ ਆਪਣੀ ਇਸਤਰੀ ਵਿੰਗ ਦੀ ਪ੍ਰਧਾਨ ਸੀ ਅਕਾਲੀ ਦਲ ਦੀ, ਉਹਨੇ ਅਸਤੀਫਾ ਦਿੱਤਾ ਤੇ ਜੀ ਉਹਨੇ ਗੱਲ ਜਾਗ ਜਾਹਿਰ ਕੀਤੀ ਵੀ ਕਿਹੜੇ ਪ੍ਰਦੀਪ ਵੀਰ ਬੇਟੇ ਕੇ ਸਾਰੇ ਸੁਖਬੀਰ ਬਾਦਲ ਕੋਲ ਅੰਦਰ ਜਾ ਮੀਟਿੰਗਾਂ ਕਰਦੇ ਸੀ। ਇਹ ਗੱਲ ਜੋ ਕਹਿੰਦੇ ਸਾਨੂੰ ਮਰਵਾਉਣ ਗਈ ਤੇ ਇਹ ਕਹਿੰਦਾ ਸੀ ਸੁਖਬੀਰ ਬਾਦਲ ਨੇ ਗੱਲ ਕਹੀ ਵੀ ਕੈਪਟਨ ਨੂੰ ਆਪਣਾ ਹੀ ਕੁਛ ਨਹੀਂ ਹੁੰਦਾ। ਪ੍ਰਧਾਨ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹੀ ਨਿਸ਼ਾਨ ਸਿੰਘ ਜੀ, ਪ੍ਰਧਾਨ ਲਖਵੀਰ ਸਿੰਘ ਮਹਾਲਮ ਜੀ, ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਆਪ ਜੀ ਦਾ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਪ੍ਰਧਾਨ ਸਾਹਿਬ, ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬੇਅਦਬੀ ਦੇ ਕਾਂਡ ਹੁੰਦੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੇ, ਹਾਂਜੀ ਹਾਂਜੀ ਤੇ ਸਵਾਲ ਬਹੁਤ ਵੱਡਾ ਹੈਗਾ ਹੈ ਕਿ ਲੰਬੇ ਸਮੇਂ ਤੋਂ ਉਡੀਕ ਸੀ ਕਿ ਕਾਰਵਾਈ ਹੋਵੇਗੀ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਹੈ, ਹਾਂਜੀ ਹਾਂਜੀ ਤੇ ਹੁਣ ਜਿਹੜਾ ਪ੍ਰਦੀਪ ਕਲੇਰ ਨੇ ਪਿੱਛੇ ਜੇ ਅਯੋਧਿਆ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪ੍ਰਦੀਪ ਕਲੇਰ ਨੂੰ ਪੰਜਾਬ ਪੁਲਿਸ ਨੇ, ਹਾਂਜੀ ਉਸ ਹਾਂਜੀ ਤੋਂ ਬਾਅਦ ਇਹ ਖਬਰ ਆਈ ਹੈ ਕਿ ਉਸਨੇ ਬਿਆਨ ਦਿੱਤਾ ਹੈਗਾ ਕਿ ਸਿਰਸਾ ਵਾਲਾ ਸਾਧ ਗੁਰਮੀਤ ਰਾਮ ਰਹੀਮ ਅਤੇ ਜਿਹੜੀ ਹਨੀਪ੍ਰੀਤ ਹੈਗੀ ਹੈ ਹਾਂਜੀ ਹਾਂਜੀ ਉਹਨੇ ਗੱਲ ਕਹਿ ਦਿੱਤੀ ਹੈ ਵੀ ਇਹਨਾਂ ਨੇ ਮੇਰੇ ਕੋਲੋਂ ਬੇਅਦਬੀ ਕਰਵਾਈ ਹੈਗੀ ਹੈ, ਤੁਹਾਡਾ ਇਸ ਵੇਖੋ ਮਸਲੇ 'ਤੇ ਕੀ ਕਹਿਣਾ ਜੀ? ਵੇਖੋ ਪਹਿਲੋਂ ਤਾਂ ਜਦੋਂ 2015 ਚ 1 ਜੂਨ ਨੂੰ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ ਗੁਰਜੀਤ ਜਵਾਹਰ ਸਿੰਘ ਵਾਲੇ ਤੋਂ, ਜੀ ਉਸ ਟਾਈਮ ਤੇ ਸਿੱਖ ਜਥੇਬੰਦੀਆਂ ਨੇ ਉੱਥੇ ਵਿਰੋਧ ਕੀਤਾ, ਫਰੀਦਕੋਟ ਦੇ ਵਿੱਚ ਮਾਰਚ ਨਿਕਲੇ। ਫਿਰ ਇਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਪ੍ਰਕਾਸ਼ ਨੇ ਬਾਦਲ ਦੇ ਚੋਰੀਆਂ ਨੇ ਉੱਥੇ ਬਹੁਤ ਸ਼ੱਦਤ ਕੀਤਾ ਸਿੰਘਾਂ ਤੇ। ਜੀ ਉਹ ਤੋਂ ਬਾਅਦ ਉਸੇ ਟਾਈਮ ਤੇ ਕੌਮ ਰੌਲਾ ਪਾਦਰੀ ਮਾਰਾ ਸਰੂਪ ਕਿੱਥੇ ਆ, ਗੁਰੂ ਸਾਹਿਬ ਦਾ ਸਰੂਪ ਕਿੱਥੇ ਹੈਗਾ ਹੈ। ਤੇ ਬਾਅਦ ਵਿੱਚ ਖੀਰੀ ਇਹਨਾਂ ਬਗਰਾੜੀ ਦੇ ਵਿੱਚ ਪੋਸਟਰ ਲਾਏ ਡੇਰਾ ਸਰਸਾ ਤੇ ਚੇਲਿਆਂ ਨੇ, ਹਾਂਜੀ, ਵੀ ਤੁਹਾਡਾ ਗੁਰੂ ਸਾਡੇ ਕੋਲ ਜੇ ਲੱਭ ਸਕਦੇ ਲੱਭ ਲਓ, 10 ਲੱਖ ਰੁਪਏ ਇਨਾਮ ਦਿਆਂਗੇ। ਕੌਮ ਉੱਥੇ ਬੜੀ ਭੜਕੀ, ਰੌਲਾ ਪਾਇਆ, ਪਰ ਇਹਨਾਂ ਨੇ ਕਿਹੜੀ ਸਰਕਾਰ ਦੀ ਜਾਲਮਾਂ ਦੀ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ। ਜੀ ਉਦੋਂ ਬਾਅਦ ਵਿੱਚ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਅੰਗ ਬਗਰਾੜੀ ਦੀ ਕਲੀਆਂ ਚ ਖਿਲਾਰੇ ਤੇ ਸਿੱਖ ਕੌਮ ਨੇ ਬਹੁਤ ਵੱਡਾ ਸ਼ਬਦ ਕੀਤਾ, ਵਿਰੋਧ ਕੀਤਾ। ਸਾਰੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਗੁਰੂ ਨਾਨਕ ਲੇਵਾ ਸਿੱਖਾਂ ਨੇ ਤੇ ਹੋਰ ਕਿਹੜੇ ਦੂਜੇ ਧਰਮਾਂ ਦੇ ਲੋਕ ਜਿਹੜੇ ਗੁਰੂ ਨੂੰ ਪਿਆਰ ਕਰਦੇ ਸਾਰਿਆਂ ਨੇ ਵਿਰੋਧ ਕੀਤਾ। ਜੀ ਤੇ ਬਾਦਲ ਪਰਿਵਾਰ ਨੇ ਉੱਥੇ ਜਿਹੜਾ ਹਾਲ ਕੀਤਾ, ਤੜਕੇ 6 ਵਜੇ ਗੰਦੇ ਪਾਣੀ ਦੀਆਂ ਛਾੜਾਂ ਮਾਰੀਆਂ ਤੇ ਪਾਣੀ ਪੜਦੇ ਸਿੰਘਾਂ ਤੇ ਲਾਠੀਚਾਰਜ ਕੀਤਾ। ਪ੍ਰਧਾਨ ਸਾਹਿਬ, ਇੱਕ ਸਵਾਲ ਹੈਗਾ ਵੀ ਆਪਣੀ ਸਰਕਾਰ ਹੋਵੇ, ਪੰਥਕ ਸਰਕਾਰ ਹੋਵੇ, ਕੌਮ ਹਾਂਜੀ ਦੀ ਹਾਂਜੀ ਆਪਣੀ ਜਥੇਬੰਦੀ ਕਹਿ ਲਈਏ, ਜਿਵੇਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਕੌਮ ਦੀ ਜਥੇਬੰਦੀ ਹੈ, ਤੇ ਉਹ ਇਸ ਤਰ੍ਹਾਂ ਤਸ਼ੱਦਦ ਕਰੇ ਆਪਣੇ ਸਿੱਖਾਂ ਤੇ, ਹਾਂਜੀ, ਉਹ ਦੱਸ ਰਿਹਾ ਭਾਜੀ ਉਹ ਤੋਂ ਕੀਤਾ ਤੇ ਉਦੋਂ ਬਾਅਦ ਸਾਡੇ 2 ਸਿੰਘ ਉੱਥੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਜੀ ਭਾਈ ਭਗਵੰਤ ਸਿੰਘ ਦੇ ਭਾਈ ਭਰਾਵਾਂ 2 ਸਿੰਘ ਸ਼ਹੀਦ ਕੀਤੇ। ਜੀ ਫਿਰ ਕੌਮ ਉਸੇ ਦਿਨ ਤੋਂ ਕਹਿ ਰਹੀ ਸੀ ਬੇਦਬੀ ਡੇਰਾ ਸਰਤਾ ਨੇ ਕਰਾਈ ਹੈ, ਡੇਰਾ ਸਰਤਾ ਨੇ ਕਰਾਈ ਹੈ, ਉਹਦੇ ਚੇਲੇ ਕਰਾਈ ਹੈ, ਜਦੋਂ ਸੈੱਟ ਨੇ ਵੀ ਸਾਹਮਣੇ ਸਾਰੇ ਦੋਸ਼ੀ ਲੈ ਜਾਂਦੇ। ਜੀ ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਤੇ ਉਸਦੇ ਮੁੰਡੇ ਦੀ ਉਸਦਾ ਡੇਰਾ ਸਾਹਿਬ ਨਾਲ ਯਾਰੀ ਸੀ, ਉਹਨਾਂ ਉਹ ਉਸ ਪਾਸੇ ਗੱਲ ਨੀ ਜਾਣ ਦਿੱਤੀ। ਜੀ ਉਸ ਤੋਂ ਬਾਅਦ ਸਿੱਟਾ ਬਣਿਆ, ਫਿਰ ਜਦੋਂ ਸਾਰੇ ਦੋਸ਼ੀ ਸਾਹਮਣੇ ਆਏ ਤੇ ਪ੍ਰਦੀਪ ਕਲੇਰ ਜੀ ਪਹਿਲਾਂ ਤਾਂ ਪ੍ਰਕਾਸ਼ ਨੇ ਬਾਦਲ ਕੋਲ ਆ ਵੀ ਉਹ ਕਿਹੜੀ ਲੇਡੀ ਇਹਨਾਂ ਦੀ ਆਪਣੀ ਇਸਤਰੀ ਵਿੰਗ ਦੀ ਪ੍ਰਧਾਨ ਸੀ ਅਕਾਲੀ ਦਲ ਦੀ, ਉਹਨੇ ਅਸਤੀਫਾ ਦਿੱਤਾ ਜੀ, ਤੇ ਉਹਨੇ ਗੱਲ ਜਾਗ ਜਾਹਿਰ ਕੀਤੀ ਵੀ ਕਿਹੜੇ ਪ੍ਰਦੀਪ ਵੀਰ ਬੇਟੇ ਕੇ ਸਾਰੇ ਸੁਖਬੀਰ ਬਾਦਲ ਕੋਲ ਅੰਦਰ ਜਾ ਮੀਟਿੰਗਾਂ ਕਰਦੇ ਸੀ। ਇਹ ਗੱਲ ਜੋ ਕਹਿੰਦੇ ਸਾਨੂੰ ਮਰਵਾਉਣ ਗਈ ਤੇ ਇਹ ਕਹਿੰਦਾ ਸੀ ਸੁਖਬੀਰ ਬਾਦਲ ਨੇ ਗੱਲ ਕਹੀ ਵੀ ਕੈਪਟਨ ਨੂੰ ਆਪਣਾ ਹੀ ਕੁਛ ਨਹੀਂ ਹੁੰਦਾ। ਜੀ ਇਹ ਗੱਲਾਂ ਉਸ ਕਿਹੜੀ ਮਹਿਲਾ ਇਸਤਰੀ ਵਿੰਗ ਦੀ ਅਕਾਲੀ ਦਲ ਦੀ ਪ੍ਰਧਾਨ ਸੀ, ਉਹਨੇ ਜਾਗ ਜਾਹਿਰ ਕੀਤੀਆਂ। ਜੀ ਹੁਣ ਜਦੋਂ ਖੀਰੀ ਉਹਦੀ ਫੋਟੋ ਉੱਥੇ ਵਾਇਰਲ ਹੋਈ ਅਯੋਧਿਆ ਵਿੱਚ ਪ੍ਰਦੀਪ ਦੀ, ਤੇ
ਹੁਣ ਜਿਹੜੀ ਸਿੱਖ ਜਥੇਬੰਦੀਆਂ ਨੇ ਫੋਟੋ ਦਿੱਤੀਆਂ ਸਿੱਖਾਂ ਨੂੰ ਜਾ ਕੇ ਉੱਥੇ ਗਿਰੀ ਕੋਈ ਕਹਿੰਦੇ ਗੁਰਗਾਓਂ ਤੋਂ ਵੱਖੋ, ਚਲੋ ਕਿਤੇ ਵੀ ਅਰੈਸਟ ਕਰਕੇ ਉਹਨੂੰ ਲਿਆਂਦਾ ਗਿਆ ਫਰੀਦਕੋਟ। ਜੀ ਜਦੋਂ ਦਾ ਰਿਮਾਂਡ ਲਿਆ ਤੇ ਹੁਣ ਉਹਨੇ ਸ਼ਰੇਆਮ ਗੱਲ ਕਹਿ ਦਿੱਤੀ ਹੈ ਵੀ ਬੇਦਬੀ ਜਿਹੜੀ ਡੇਰਾ ਸਰਸਾ ਦੇ ਹਨੀਪ੍ਰੀਤ ਦੇ ਕਹਿਣ ਤੇ ਕਰਾਈ ਆ, ਜੀ ਉਹਨੇ 164 ਦੇ ਬਿਆਨ ਵੀ ਕੋਰਟ ਵਿੱਚ ਦਰਜ ਕਰਾਏ ਨੇ ਜਾ ਕੇ ਵੀ 164 ਦੇ ਬਿਆਨ ਹੁੰਦੇ ਵੀ ਕਿਹੜੇ ਮੈਨੂੰ ਦਈ ਦੇ ਕਰਾਏ ਜਾਂਦੇ ਆ ਪਹਿਲਾਂ ਹੀ। ਜੀ ਉਹਨੇ ਕਿਹਾ ਵੀ ਜਦੋਂ ਹਰੇ ਇੱਥੇ ਗੁਰਜਵਾਹਰ ਸਿੰਘ ਵਾਲੇ ਨੇ ਆਪਣੇ ਧਾਮੀ ਨੇ ਦੀਵਾਨ ਲਾ ਦੂਜਾ ਮਾਝੀ ਨੇ ਤੇ ਉੱਥੇ ਕਈ ਲੋਕਾਂ ਨੇ ਡੇਰਾ ਸਰਸਾ ਛੱਡਤਾ ਤੇ ਲੋਕਰ ਲਾ ਕੇ ਪਾਸੇ ਸਾਈਡ ਰੱਖ ਦਿੱਤੇ। ਅੱਛਾ ਜੀ ਉਹ ਲੋਕਾਂ ਦਾ ਜਦੋਂ ਹਨੀਪ੍ਰੀਤ ਨੂੰ ਖਬਰ ਪਹੁੰਚੀ ਤੇ ਉਹਨੂੰ ਗੁੱਸਾ ਆਇਆ ਤੇ ਉਹਨੇ ਡੇਰਾ ਸਰਸਾ ਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਓ, ਇਹਨਾਂ ਦੇ ਧਰਮ ਦੀ ਬੇਦਬੀ ਕਰਾਓ। ਅੱਛਾ, ਲੋਕਟ ਜਦੋਂ ਲੋਕਟ ਤਾਰੇ ਗਏ ਉੱਥੋਂ ਇਹ ਕਹਾਣੀ ਸ਼ੁਰੂ ਹੋ ਗਈ। ਉੱਥੋਂ ਕਹਾਣੀ ਸ਼ੁਰੂ ਹੋਈ, ਹਨੀਪ੍ਰੀਤ ਨੂੰ ਗੁੱਸਾ ਆਇਆ, ਉਹਨਾਂ ਦੇ ਕਹਿਣ ਦੀ ਜਬਾਨੀ ਹੈ ਪ੍ਰਦੀਪ ਪਲੇਅਰ ਦੀ ਕਹਿਣ ਦੀ ਜਬਾਨੀ ਅਸੀਂ ਨਹੀਂ ਕਹਿ ਰਹੇ। ਜੀ ਉਹ ਉਹਨਾਂ ਗੁਰੂ ਸਾਹਿਬ ਦੀ ਬੇਦਬੀ ਕਰਾਈ, ਸਾਡੇ ਸਿੰਘ ਵੀ ਸ਼ਹੀਦ ਹੋਏ। ਜੀ ਫਿਰ ਹੁਣ ਜਿਹੜਾ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ, ਡੀਜੀਪੀ ਪੰਜਾਬ ਤੇ ਫਰੀਦਕੋਟ ਦਾ SSP ਨੂੰ ਤੇ ਸਰਕਾਰ ਨੇ ਵੀ ਜੀ ਉਹਨੂੰ ਤੁਰੰਤ ਗੁਰਮੀਤ ਰਾਮ ਰਹੀਮ ਤੇ ਪਰਚਾ ਦਰਜ ਕਰਕੇ, ਹਨੀਪ੍ਰੀਤ ਤੇ ਪਰਚਾ ਦਰਜ ਕਰਕੇ ਜੀ ਤੇ ਕਿਹੜੇ ਬਾਕੀ ਰਹਿੰਦੇ ਦੋਸ਼ੀ ਨੇ ਸਾਰਿਆਂ ਨੂੰ ਚੁੱਕ ਕੇ ਇੱਥੇ ਫਰੀਦਕੋਟ ਲਿਆਂਦਾ ਜਾਵੇ ਤੇ ਸਾਰਿਆਂ ਦਾ ਰਿਮਾਂਡ ਲਿਆ ਜਾਵੇ। ਰਿਮਾਂਡ ਲੈ ਕੇ ਉਹਨਾਂ ਨੂੰ ਇੱਥੇ ਕਾਰਵਾਈ ਸ਼ੁਰੂ ਕੀਤੀ ਹੈ ਪੰਜਾਬ ਧਰਤੀ ਤੇ। ਜੀ ਤੇ ਅਸੀਂ ਇਹ ਸਰਕਾਰ ਨੂੰ ਪਰ DGP ਪੰਜਾਬ ਤੇ SSP ਫਰੀਦਕੋਟ ਨੂੰ ਜੀ ਸਿੱਖ ਜਥੇਬੰਦੀਆਂ ਪਹਿਲਾਂ ਤਾਂ ਬੇਨਤੀ ਕਰਦੀਆਂ ਨੇ ਵੀ ਇਹ ਕਾਰਵਾਈ ਤੁਰੰਤ ਬਾਕੀ ਸਾਰੇ ਕੰਮ ਛੱਡ ਕੇ ਪਹਿਲੋਂ ਗੁਰਮੀਤ ਰਾਮ ਰਹੀਮ ਨੂੰ ਰਿਮਾਂਡ ਤੇ ਲਿਆਂਦਾ ਜਾਵੇ ਤੇ ਹਨੀਪ੍ਰੀਤ ਕਿੱਥੇ ਵੀ ਲੱਭ ਕੇ ਲਿਆਵੇ ਪ੍ਰਸ਼ਾਸਨ ਜੀ ਤੇ ਉਹਨੂੰ ਇੱਥੇ ਰਿਮਾਂਡ ਲੈ ਕੇ ਉਹਨੂੰ ਪੁੱਛਿਆ ਜਾਵੇ ਕਿਸ ਟਾਈਮ ਤੇ ਕਿੰਨੇ ਕਿਹੜੇ ਬੰਦੇ ਉਹ ਸਾਹਮਣੇ ਆਉਣਗੇ, ਕਿਹੜੇ ਕਿਹੜੇ ਬੰਦਿਆਂ ਦੇ ਨਾਲ ਮਿਲੀ ਭੁਗਤ ਪੰਜਾਬ ਸਰਕਾਰ ਦੀ ਕੀ ਸੀ ਤੇ ਕਿਹੜੇ ਕਿਹੜੇ ਪੰਜਾਬ ਸਰਕਾਰ ਦੇ ਉਸ ਟਾਈਮ ਦੇ ਮੰਤਰੀ ਨਾਲ ਦੀ ਸਾਰੀ ਗੱਲ ਜਾਣਕਾਰ ਹੋ ਗਈ। ਪ੍ਰਧਾਨ ਸਾਹਿਬ, ਮੈਂ ਤੁਹਾਡੀ ਗੱਲ ਵਿੱਚ ਰੋਕ ਰਿਹਾ ਸੀਗਾ, ਕਿਹੜੇ ਕਿਹੜੇ ਬੰਦੇ ਜਿਹੜੇ ਬੇਅਦਬੀ ਕਾਂਡ ਦੇ ਵਿੱਚ ਅੰਦਰ ਹੈਗੇ ਨੇ, ਹਾਂਜੀ 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 ਕਿਹੜੇ ਕਿਹੜੇ ਬੰਦੇ ਹੈਗੇ ਨੇ ਹੁਣ ਇਸ ਟਾਈਮ ਤੱਕ? ਕਈਆਂ ਦੇ ਜਾਂ ਪ੍ਰਦੀਪ ਕਲੀਅਰ ਸੀ ਜਾਂ ਬ੍ਰੇਟਾ ਸੀ ਜਾਂ ਅਰਸ਼ ਧੂਰੀ ਸੀਗਾ, ਹੋਰ ਕਾਫੀ ਬੰਦਿਆਂ ਦੇ ਪਰਚੇ ਹੋਏ ਨਾਂ ਹੈਗੇ ਨੇ ਬੇਅਦਬੀ ਵਿੱਚ ਜੀ, ਤੇ ਕਾਫੀ ਸਾਰੇ ਨਾਂ ਸਾਡੇ ਕੋਲ ਹੈਗੇ ਨੇ ਕਿੱਥੇ ਗੁਰੂ ਸਾਹਿਬ ਕਿਵੇਂ ਰੱਖਿਆ, ਕਈ ਹਾਸੇ ਰੱਖਿਆ, ਕਿੱਥੇ ਗੁਰੂ ਸਾਹਿਬ ਥੱਲੇ ਨਾਲ ਆ ਕੇ ਧਰਤੀ ਦੱਬਿਆ ਸੀਗਾ ਜੀ, ਜੇ ਉਹਨਾਂ ਕੀਤਾ ਸੀ ਉਹ ਸਾਰੀ ਗੱਲ ਪ੍ਰਸ਼ਾਸਨ ਦੇ ਵਿੱਚ ਗੱਲ ਹੈਗੀ ਹੈ। ਹਾਂਜੀ ਹੁਣ ਇਹ ਗੱਲਾਂ ਮੈਂ ਉਹ ਸਿਰਕੇ ਬਾਹਰ ਨਹੀਂ ਕਰ ਸਕਦਾ, ਕਈ ਗੱਲਾਂ ਜੱਗ ਜਾਹਰ ਨਹੀਂ ਕਰ ਸਕਦਾ, ਪਰ ਸਾਡੇ ਕੋਲ ਇੱਕ ਰਿਪੋਰਟ ਹੈਗੀ ਆ ਕਿਵੇਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਈ, ਕਿੱਥੇ ਕਿੱਥੇ ਮੀਟਿੰਗਾਂ ਹੋਈਆਂ, ਜਿਹੜੇ ਜਿਹੜੇ ਮੰਤਰੀ ਗਏ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ। ਤੇ ਹੁਣ ਅਸੀਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੀ ਸਿੱਖਾਂ ਦੀ ਸਰਬੋਲ ਸੰਸਥਾ ਸ਼੍ਰੋਮਣੀ ਕਮੇਟੀ, ਜੇ ਤਾਂ ਕਿਤੇ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਕਰਨੀ ਹੁੰਦੀ ਆ ਜਾਂ ਸੁਖਬੀਰ ਬਾਦਲ ਨੇ ਰੈਲੀ ਕਰਨੀ ਜਾਂ ਹੋਰ ਅਕਾਲੀ ਦਲ ਦੀ ਰੈਲੀ ਕਰਨੀ, ਜੇ ਉੱਥੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਜੀ ਜਿਹੜਾ ਕਿਵੇਂ ਧਾਮੀ ਰਜਿੰਦਰ ਧਾਮੀ ਆ ਉੱਥੇ ਜਾ ਕੇ ਬੜੇ ਭਾਸ਼ਣ ਦਿੰਦਾ ਬਾਦਲ ਪਿੰਡ ਵਿੱਚ, ਇਹ ਪੰਜਾਬੀਆਂ ਦੀ ਪਾਰਟੀ ਸਿੱਖਾਂ ਦੀ ਪਾਰਟੀ ਆ, ਤੇ ਹੁਣ ਦੋ ਜਹਾਨ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੋਈ ਬੇਦਬੀ ਜੀ, ਤੇ ਕਿਹੜੀ ਉਹ ਪੰਜਾਬੀਆਂ ਦੀ ਪਾਰਟੀ ਸਿੱਖਾਂ ਦੀ ਪਾਰਟੀ ਜਾ ਕੇ ਉਹ BJP ਨਾਲ ਫਿਰ ਸਮਝੌਤਾ ਕਰਦੀ ਫਿਰੇ, ਜਿਨ੍ਹਾਂ ਦੇ ਕਹਿਣ ਤੇ ਜਿਹੜਾ ਮੋਦੀ ਡੇਰੇ 'ਚ ਝਾੜੂ ਮਾਰਦਾ ਜਾ ਕੇ ਮੱਥੇ ਟੇਕਦਾ ਸੀ, ਉਹਨਾਂ ਦੇ ਕਹਿਣ ਤੇ ਰਲ ਕੇ ਸਾਰੀ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਨੌਜਵਾਨ ਦੋ ਰੁਪਿੰਦਰ ਤੇ ਝੂਠਾ ਕੇਸ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਉਹਨੇ ਇਹਨਾਂ ਬਹੁਤ ਜ਼ਿਆਦਾ ਸ਼ਿੱਦਤ ਕੀਤਾ ਘੱਟ ਉਹਨਾਂ ਨੌਜਵਾਨਾਂ ਨੂੰ ਜੀ, ਜਿਹੜੇ ਗੁਰਜਵਾਹਰ ਸਿੰਘ ਵਾਲੇ ਦੋ ਨੌਜਵਾਨ ਸੀ, ਭਰਾ ਸੀ ਦੋ ਜੀ, ਹੋਰ ਵੀ ਕਈ ਸਿੰਘਾਂ ਤੇ ਬੜਾ ਸ਼ਿੱਦਤ ਕੀਤਾ, ਬੜਾ ਜ਼ੁਲਮ ਕੀਤਾ ਵੀ ਕਿਹੜਾ ਜ਼ੁਲਮ, ਮੇਰੇ ਤੇ ਖੁਦ ਤੇ ਹਰੀਕੇ ਹੈਡ ਤੇ ਇਹਨਾਂ ਗੋਲੀ ਚਲਾਈ ਦਿੱਤੀਆਂ, ਉੱਥੇ ਮਾਰੀਆਂ ਵੀ ਧਰਨਾ ਲਾ ਕੇ ਬੈਠਿਆ ਸੀ ਜੀ, ਤੇ ਇਹ ਗੱਲਾਂ ਸਾਰੀਆਂ ਆਪਣੇ ਜੀ
ਨਿਸ਼ਾਨ ਸਿੰਘ ਇਹ ਗੱਲਾਂ ਹੈਗੀਆਂ ਵੀ ਇਹ ਸਾਰੀ ਕੌਮ ਜਾਗੇ, ਜਾਗ ਜੀ ਕੇ ਚਾਹੇ ਆਪਣਾ ਡੀਜੀਪੀ ਦਾ ਘਿਰਾਓ ਕਰਨ, ਚਾਹੇ ਮੁੱਖ ਮੰਤਰੀ ਦਾ ਕਰਨ, ਜੀ ਜਾ ਕੇ ਜਿੰਨਾ ਚਿਰ ਉਹ ਡੇਰਾ ਸਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਮੇਨਕ ਦੇ ਦੋ ਦੋਸ਼ੀ ਨੇ, ਜੀ ਉਹ ਹਾਥੀ ਦੀ ਪੈਠ ਚ ਕਿਵੇਂ ਸਾਰਾ ਕੁਛ ਹੀ ਆ ਜਾਂਦਾ ਹੈ। ਮੇਨ ਦੋਸ਼ੀ ਤਾਂ ਹਨੀਪ੍ਰੀਤ ਤੇ ਗੁਰਮੀਤ ਰਾਮ ਰਹੀਮ ਹੈ, ਜੀ ਉਹ ਦੋਵੇਂ ਫੜ ਕੇ ਇੱਥੇ ਲਾਇਆ ਬਣ, ਬਾਕੀ ਸਾਰੇ ਨਾਲੇ ਆ ਜਾਣਗੇ। ਕਿਹੜੇ ਕਿਹੜੇ ਬੰਦੇ ਦੇ ਵਿੱਚ ਭੂਮਿਕਾ ਜੀ ਸਾਰੇ ਸਾਹਮਣੇ ਆ ਜੀ। ਅਕਾਲੀ ਦਲ ਤੱਕੇ, ਅਕਾਲੀ ਦਲ ਤੱਕੇ ਪਰਚਾ ਹੋਇਆ, ਅਕਾਲੀ ਦਲ ਤੱਕੇ ਹੈਗਾ ਸੁਖਬੀਰ ਬਾਦਲ ਤੇ ਨਾਲੇ ਹੋਰ 40 ਬੰਦੇ ਵਿੱਚ ਹੈਗੇ ਨੇ ਪਰਚੇ 'ਚ। ਵੀ ਪ੍ਰਧਾਨ ਹਾਂਜੀ ਹਾਂਜੀ ਸਾਹਿਬ, ਸਵਾਲ ਹੈਗਾ ਕਿ ਜਦੋਂ ਬੇਅਦਬੀਆਂ ਹੋਈਆਂ ਸੀਗੀਆਂ 2015 ਦੇ ਵਿੱਚ, ਹਾਂਜੀ ਹਾਂਜੀ ਉਸ ਟਾਈਮ ਇਹਨਾਂ ਦਾ ਗਠਬੰਧਨ ਸੀਗਾ ਬੀਜੇਪੀ ਦੇ ਨਾਲ? ਬਿਲਕੁਲ, ਬੀਜੇਪੀ ਨੇ ਗਠਜੰਬਨ ਪੂਰਾ ਗਠਜੋੜ ਸੀ ਪੂਰਾ ਜੀ। ਹਾਂ, ਤੇ ਜਿਹੜਾ ਹੁਣ ਇਹ ਮੌਜੂਦਾ ਸਮਾਂ ਹੈਗਾ, ਇਹਦੇ 'ਚ ਗਠਜੋੜ ਇਹਨਾਂ ਦਾ ਹੋ ਗਿਆ ਕਿ ਅਜੇ ਬਾਕੀ ਹੈ? ਹੋ ਰਿਹਾ ਹੋ ਰਿਹਾ ਜੀ, ਹੋ ਰਿਹਾ ਜੀ, ਅੱਛਾ ਜੀ, ਹੋ ਰਿਹਾ ਅੱਜ ਹੋ ਸਵੇਰੇ ਜੀ, ਮਤਲਬ ਹੋ ਜੂਗਾ ਜੀ। ਫਿਰ ਇੱਕ ਪ੍ਰਧਾਨ ਸਾਹਿਬ ਸਵਾਲ ਹੈਗਾ ਕਿ ਪ੍ਰਦੀਪ ਕਲੇਰ ਦੀ ਇੰਨੀ ਜ਼ਿਆਦਾ ਦੇਰੀ ਨਾਲ ਗ੍ਰਿਫਤਾਰੀ ਹੋਣਾ ਕਿਸ ਦੀ, ਪੁਲਿਸ ਦੀ ਨਲਾਇਕੀ ਹੈ ਜਾਂ ਸਾਡੇ ਆਗੂਆਂ ਦੀ ਨਲਾਇਕੀ ਹੈ? ਇਹ ਤੇ ਪਹਿਲਾਂ ਤਾਂ ਪ੍ਰਕਾਸ਼ ਸਾਹਿਬ ਬਾਦਲ ਦਾ ਪਰਿਵਾਰ ਖੜਾ ਮੰਤਰੀ ਮੰਡਲ ਸੀ ਸਾਰਾ, ਉਹ ਦੋਸ਼ੀ ਨੇ। ਜੀ ਦੂਜੇ ਨੰਬਰ ਤੇ ਕਿਵੇਂ ਬੀਜੇਪੀ, ਪਹਿਲੋਂ ਬਾਦਲ ਤੇ ਬੀਜੇਪੀ ਨੇ ਆਪਦੇ ਕੋਲ ਰੱਖਿਆ ਸੀ ਉਹਨੂੰ, ਜੀ ਬੀਜੇਪੀ ਨੇ ਕਈ ਮੰਤਰੀਆਂ ਨੂੰ ਫੋਟੋ ਵੀ ਵਾਇਰਲ ਲੱਗੀਆਂ ਨੇ, ਫਿਰ ਉਹ ਫਿਰ ਉਹ ਅਯੋਧਿਆ ਚ ਲੰਗਰ ਲਾ ਕੇ ਬੈਠੇ, ਉੱਥੋਂ ਫੋਟੋ ਵਾਇਰਲ ਲੱਗਿਆ ਤੇ ਸਿੱਖ ਜਥੇਬੰਦੀਆਂ ਨੇ ਜਾਂ ਕੋਈ ਐਮਪੀਆਂ ਨੇ ਜਾ ਕੇ ਉਹਦੀ ਖੂਹ ਮਿਲੀ ਤੇ ਉਹਨੂੰ ਅਰੈਸਟ ਕੀਤਾ ਹੈ। ਜੀ ਇਹ ਬੀਜੇਪੀ ਕੋਲ ਸੀ ਉੱਥੇ, ਯੂਪੀ ਚ ਇਹਨਾਂ ਦੀ ਸਰਕਾਰ ਹੈ ਬੀਜੇਪੀ ਦੀ, ਉੱਥੇ ਉਹਦੇ ਮੰਤਰੀ ਕੋਲ ਰਹਿ ਰਿਹਾ ਸੀ, ਉੱਥੇ ਹੀ ਉਹ ਗੱਲ ਕਰ ਰਿਹਾ ਸੀ। ਅੱਜ ਉਹ ਚਲੋ ਅਰੈਸਟ ਹੋਇਆ ਤੇ ਜਦੋਂ ਪੁੱਛਦਾ ਹੋਈ ਤਾਂ ਉਹਨੇ ਗੁਰਮੀਤ ਰਾਮ ਰਹੀਮ ਦਾ ਨਾਂ ਲਿਆ ਹੈ, ਹੁਣ ਤਾਂ ਗੱਲ ਜੱਗ ਜਾਹਰ ਹੋ ਗਈ ਨਾ। ਬਿਲਕੁਲ ਜੀ, ਹੁਣ ਤਾਂ ਪੰਜਾਬ ਸਰਕਾਰ ਨੂੰ ਜਾਂ ਕਿਤੇ ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਨੂੰ ਤਿਆਰ ਕਰਨ ਵਾਲੇ ਕਿਹੜੀਆਂ ਪਾਰਟੀਆਂ ਨੇ, ਜਿਹੜਾ ਸਿਆਸੀ ਪਾਰਟੀਆਂ ਨੇ ਜਾਂ ਧਾਰਮਿਕ ਜਥੇਬੰਦੀਆਂ ਨੇ, ਜੀ ਉਹਨਾਂ ਨੂੰ ਸਾਰਿਆਂ ਨੂੰ ਕੱਟ ਕੇ ਵਿਰੋਧ ਕਰਨ। ਹੋਰ ਅਸੀਂ ਤਾਂ ਕਹਾਂਗੇ ਵੀ ਗੁਰੂ ਨਾਨਕ ਦਾ ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਇਸ ਗੱਲ 'ਚ ਸਾਡੇ ਹਿੰਦੂਆਂ ਨੂੰ ਸਾਥ ਦੇਣਾ ਚਾਹੀਦਾ, ਮੁਸਲਮਾਨਾਂ ਨੂੰ ਦੇਣਾ ਚਾਹੀਦਾ ਹੈ, ਤੇ ਹੋਰ ਵੀ ਜਿਹੜੇ ਜੈਨੀ ਬੋਧੀ ਪਾਰਸੀ ਨੇ ਸਾਰਿਆਂ ਨੂੰ ਸਾਡੇ ਨਾਲ ਸਾਥ, ਸਾਡੇ ਇਸ ਦੀ ਬੇਨਤੀ ਹੋਈ ਆ ਧੰਨ ਗੁਰੂ ਗ੍ਰੰਥ ਸਾਹਿਬ ਦੀ, ਜੀ ਗੁਰੂ ਗ੍ਰੰਥ ਸਾਹਿਬ ਚਾਰਾਂ ਵਰਨਾਂ ਨੂੰ ਸਾਂਝਾ ਉਪਦੇਸ਼ ਕਰਦਾ ਹੈ, ਸਾਡੇ ਨਾਲ ਕਰਨੇ ਚਾਹੀਦਾ ਦੁੱਖ ਦੀ ਘੜੀ ਚ। ਪ੍ਰਧਾਨ ਸਾਹਿਬ ਸ਼ਾਰਟ ਦੇ ਵਿੱਚ ਜਵਾਬ ਦਿਆ ਜੇ, ਮੈਂ ਦੋ ਸਵਾਲ ਕਰਨੇ ਹੈਗੇ ਨੇ। ਵੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਸਮੇਂ ਬੇਅਦਬੀਆਂ ਹੁੰਦੀਆਂ ਨੇ ਤੇ ਗੁੰਡਾਗਰਦੀ ਹੁੰਦੀ ਹੈ ਤੇ ਨਸ਼ਾ ਵੀ ਹੁੰਦਾ, ਸਭ ਕੁਛ ਹੁੰਦਾ, ਤੇ ਅੱਜ ਪੰਜਾਬ ਬਚਾਓ ਯਾਤਰਾ ਤੇ ਉਹ ਨਿਕਲੇ ਹੋਏ ਨੇ ਪਿੰਡ ਪਿੰਡ? ਜੀ ਦੇਖੋ ਨਾ, ਕਿਹੜੀ ਪੰਜਾਬ ਚ ਅੱਗੇ ਕਤਰ ਹੈਗੀ ਸੀ ਪੰਜਾਬ ਨੂੰ ਡੁੱਬਣ ਦੀ, ਜੀ ਨਸ਼ਾ ਘੱਟ ਸੀ, ਬੇਦੀਆਂ ਗੁਰੂ ਸਾਹਿਬ ਜੀ ਘੱਟ ਹੋਈਆਂ ਨੇ, ਜੀ ਹੁਣ ਹੁਣ ਬਾਕੀ ਕਸਮ ਹੋ ਗਈ, ਫਿਰ ਪੰਜਾਬ ਦੀ ਸਰਕਾਰ ਲਿਆ ਕੇ ਪੰਜਾਬ, ਮੈਂ ਕਹਿੰਦਾ ਪੰਜਾਬ ਡੋਬੂ ਯਾਤਰਾ ਕਹਿ ਸਕਦੇ, ਪੰਜਾਬ ਬਚਾਊ ਨੀ ਕਹਿ ਸਕਦੇ ਵੀ ਪੰਜਾਬ ਡੋਬਣ ਦੀ ਗੱਲਾਂ ਕਰਦੇ ਆ, ਜੀ ਫਿਰ ਜਾ ਕੇ ਬੀਜੇਪੀ ਨਾਲ ਸਮਝੌਤਾ ਕਰ ਲਿਆ ਕਦੀ ਬਾਕੀ ਪੰਜਾਬ ਦਾ ਕਾਣ ਰਹਿੰਦਾ ਦੁਬਾਰਾ ਫਿਰ ਕਰਨਗੇ, ਇਸ ਗੱਲ ਤੇ ਲੱਗੇ ਹੋਏ ਨੇ, ਹੋਰ ਕੋਈ ਗੱਲ ਹੈ ਨੀ ਜੀ। ਪ੍ਰਧਾਨ ਸਾਹਿਬ ਅਖੀਰਲਾ ਸਵਾਲ ਹੈਗਾ ਕਿ ਬੇਅਦਬੀ ਸਿਰਫ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ, ਕਿਸੇ ਹੋਰ ਧਾਰਮਿਕ ਗ੍ਰੰਥ ਦੀ ਖਬਰ ਤੁਸੀਂ ਅੱਜ ਤੱਕ ਸੁਣੀ ਹੈ? ਵੇਖੋ ਜੀ, ਬੇਅਦਬੀ ਕਿਸੇ ਧਰਮ ਦੀ ਮੰਨਦੀ ਆ, ਪਰ ਜਿਹੜੀ ਸਾਡੇ ਧਰਮ ਨਾਲ ਇੱਥੋਂ ਦੀ ਸਰਕਾਰਾਂ ਜਾਂ ਜੋ ਵੀ ਇੱਥੋਂ ਦਾ ਪੰਜਾਬ ਦਾ ਪ੍ਰਸ਼ਾਸਨ, ਪੰਜਾਬ ਦੀਆਂ ਏਜੰਸੀਆਂ ਕਰਾ ਰਹੀਆਂ ਨੇ, ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਉਹ ਸਾਡੇ ਸਿੱਖਾਂ ਨੂੰ ਦਬਾਉਣ ਦੀ ਗੱਲ ਵੀ ਇੱਕ ਦੁਨੀਆਂ 'ਚ ਜਦੋਂ ਵੀ ਇਤਿਹਾਸ ਪੜ੍ਹਦੇ ਨਾ, ਕੋਈ ਵੀ ਸਰਕਾਰ ਬਣਦੀ ਲੋਕਾਂ ਤਖ਼ਤੇ 'ਤੇ ਬਹਿੰਦੀ ਆ, ਉਹ ਸਾਰੀਆਂ ਕੌਮਾਂ ਨੂੰ ਪਰਖਿਆ ਜਾਂਦਾ ਵੀ ਕਿਹੜੀ ਕੌਮ ਦੇ ਦੇਸ਼ ਵਿੱਚ ਬਹਾਦਰ ਰਹੀ ਆ, ਜਦੋਂ ਸਾਡਾ ਇਤਿਹਾਸ ਸਾਹਮਣੇ ਆਉਂਦਾ ਤੇ ਚਰਖੜੀਆਂ 'ਤੇ ਚੜ੍ਹ ਕੇ ਬੰਦ ਬੰਦ ਕਰਾਉਣ ਲਿਆ, ਰੰਬੀਆਂ ਦੇ ਖੋਪਰ ਦੁਆਲੇ ਡੋਲੇ ਨੀ ਗਏ, ਹਾਂਜੀ ਇਹਨਾਂ ਦੀਆਂ ਮਾਵਾਂ ਨੇ ਗਲੇ ਟੋਟੇ ਪਵਾ ਬੱਚਿਆਂ ਨੇ ਕਲਾ ਵਿੱਚ ਝੋਲੇ ਪਵਾ ਦੇ, ਫਿਰ ਵੀ ਨਾ ਸੀ ਨੀ ਕੀਤੀ,
ਹਾਂਜੀ ਉਹ ਕਹਿੰਦੇ ਵੀ ਇਹਨੂੰ ਕਿਸੇ ਧਰਮ ਨਾਲ ਤਰੀਕਿਆਂ ਧਰਮ ਤੋਂ ਤੋੜਿਆ ਜਾਵੇ, ਜਿਹੜੀ ਸਰਕਾਰ ਆ ਰਹੀ ਸਾਨੂੰ ਧਰਮ ਨੂੰ ਸਾਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰਦੀ ਵੀ ਕਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਪੁੱਤਰਾਂ ਦਾ ਦਾਨੀ ਖੰਡੇ ਬਾਟੇ ਦੇ ਅੰਮ੍ਰਿਤ ਚਟਾ ਕੇ ਮਰ ਗਿਆ, ਖਤਮ ਨੀ ਹੋ ਸਕਦੀ, ਬਦਾਲੀ ਨੀ ਕਰ ਸਕਿਆ, ਅਹਿਮਦ ਸ਼ਾਹ ਨੀ ਕਰ ਸਕਿਆ, ਨਾਦਰ ਸ਼ਾਹ ਨੀ ਕਰ ਸਕਿਆ, ਔਰੰਗਜ਼ੇਬ ਨੀ ਕਰ ਸਕਿਆ, ਕਿਸੇ ਹੋਣੀ ਨੀ ਗੀ, ਇਹ ਜੀ ਸਾਡੇ ਦੁਸ਼ਮਣ ਨੂੰ ਭੁਲੇਖਾ ਹੈ। ਇਹ ਚੀਜ਼ ਇਸੇ ਤਰ੍ਹਾਂ ਰਹੂਗੀ, ਕਿੰਨੀਆਂ ਮਰਜ਼ੀ ਕੁਛ ਮਰਜ਼ੀ ਕਰ ਲੈਣ, ਪ੍ਰਕਾਸ਼ ਨੇ ਬਾਦਲ ਨੇ ਬੇਦਬੀ ਕਰਾਈ ਕਿੱਥੇ ਆ, ਜੀ ਕੀ ਉਹ ਕਲਮੇ ਰੋਂਦਾ ਫਿਰਦਾ ਹੈ, ਉਹਦਾ ਪਰਿਵਾਰ ਸੁਖਬੀਰ ਬਾਦਲ, ਜੀ ਕੈਪਟਨ ਨੇ ਗੁਰੂ ਸਾਹਿਬ ਦਾ ਗੁਟਕਾ ਸਾਹਿਬ ਹਾਥੇ ਫੜ ਕੇ ਸਹੁੰ ਖਾਧੀ ਸੀ, ਅੱਜ ਕੈਪਟਨ ਕਿੱਥੇ ਗਿਆ, ਨਾਲ ਲਿਆ ਪੰਜਾਬ ਦੇ ਕੈਪਟਨ ਦੀ ਖਬਰ ਨੀ ਚੱਲਦੀ ਕਦੀ। ਜੀ ਇਹ ਗੱਲ ਹੈਗੀ ਵੀ ਹੋਰ ਕਈ ਇੱਥੇ ਦਿੱਲੀ ਦੇ ਤਖ਼ਤ ਤੇ ਬਹਿ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਕਰਾਇਆ ਜਿਨ੍ਹਾਂ ਨੇ, ਉਹ ਜੀ ਅੱਜ ਨੇ ਕਾਂਗਰਸ ਪਾਰਟੀ ਦੇ ਆਪਣਾ ਗਾਂਧੀ ਪਰਿਵਾਰ ਕਿੱਥੇ ਚਲਾ ਗਿਆ ਹੈ, ਜੀ ਇਹ ਕੀ ਤੂੰ ਫਿਰ ਰਹਿ ਗਏ ਵੀ ਕਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਪੰਥ ਨਾਲ ਮੱਥਾ ਲਾਇਆ ਹੈ, ਉਹ ਕਦੀ ਬਚ ਨੀ ਸਕਿਆ, ਡੇਰਾ ਸੌਦਾ ਸਰਸਾ ਨੇ ਕਿਵੇਂ ਚੜ੍ਹਾਈ ਸੀ, ਦੁਨੀਆਂ ਕਿਵੇਂ ਇਕੱਠ ਹੁੰਦਾ ਸੀ, ਪੰਜਾਬ ਕਿਹਦੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰ ਲਈ ਆ, ਜਾਂ ਉਹਨੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਉਹਦਾ ਬੇੜਾ ਗਰਕ ਹੋ ਗਿਆ, ਉਹਦਾ ਵਾਟਰ 'ਚ ਫਸਿਆ, ਅੱਜ ਤੱਕ ਫਸਿਆ ਹੀ ਆ ਰਿਹਾ। ਪ੍ਰਧਾਨ ਸਾਹਿਬ ਸ਼ਾਰਟ ਦੇ ਵਿੱਚ ਗੱਲ ਕਰਿਆ ਜੇ ਜੇ ਸਰਕਾਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਹੈਗੀ ਜੇ ਇਨਸਾਫ ਨਹੀਂ ਮਿਲਦਾ ਤੇ ਤੁਹਾਡਾ ਅਗਲਾ ਸਟੈਂਡ ਕੀ ਹੋਵੇਗਾ? ਅਸੀਂ ਕੱਲ ਹੀ ਇੱਥੇ ਫਿਰੋਜ਼ਪੁਰ ਦੀ ਸਿਸਟਮ ਦੇ ਪਹਿਲੇ ਮੀਟਿੰਗ ਕਰਕੇ ਤੇ ਅਸੀਂ ਮੁੱਖ ਮੰਤਰੀ ਦੇ ਨਾਂ ਤੇ ਔਰ DGP ਨਾਲ ਦੇ ਮੰਗ ਪੱਤਰ ਦੇਵਾਂਗੇ, ਜੀ ਜੇ ਨਹੀਂ ਕਰ ਰਹੇ ਪੂਰੀ ਪੰਜਾਬ ਦੀ ਜਥੇਬੰਦੀ ਨੂੰ, ਪੰਜਾਬ ਦੀ ਪੂਰੇ ਪੰਜਾਬੀਆਂ ਨੂੰ, ਕਿੱਥੇ ਵੀ ਗੁਰੂ ਨਾਨਕ ਲੈ ਵਾ ਸਿੱਖ ਬੈਠਾ, ਜੇ ਦੇਸ਼ਾਂ 'ਚ ਬੈਠਾ, ਵਿਦੇਸ਼ਾਂ 'ਚ ਬੈਠਾ, ਹਾਂਜੀ ਉਸ ਗੱਲ ਦੀ ਤੁਰੰਤ ਆਵਾਜ਼ ਉਠਾ ਦੇ ਵੀ ਡੇਰਾ ਸੌਦਾ ਸਾਹਿਬ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਵੇ, ਸਾਰੇ ਪੰਜਾਬ 'ਚ ਇਸ ਚੀਜ਼ 'ਚ ਲਹਿਰ ਬਣੇ ਕਿ ਜਿਹੜਾ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਅਸੀਂ ਜੇਲ੍ਹਾਂ 'ਚ ਕਰਾ ਸਕੀਏ। ਪ੍ਰਧਾਨ ਲਖਬੀਰ ਸਿੰਘ ਮਹਾਲਮ ਜੀ, ਜਿਸ ਤਰ੍ਹਾਂ ਆਪਣੇ ਬੇਅਦਬੀ ਦੇ ਦੋਸ਼ੀਆਂ ਦੀ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਦਿੱਤੀ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਆਪ ਜੀ ਧੰਨਵਾਦ ਭਾਈ ਸਾਹਿਬ, ਚੈਨਲ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।